ਕਿ ਇੱਥੇ ਭੰਡਾਰੀ ਪੁੱਲ ਦੇ ਨਾਲ ਹੀ ਸ਼ਿਮਲਾ ਪ੍ਰੈੱਸ ਆ, ਉੱਥੇ ਰੋਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ ਪਾੜ ਲਾ ਕੇ ਕੁਛ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਛ ਵੈਪਨ ਅਤੇ ਕੁਛ ਕੈਸ਼ ਚੋਰੀ ਕਰਕੇ ਲੈ ਗਏ ਨੇ। ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ, ਉਹ ਵੈਪਨ ਦਾ ਆਪਣਾ ਹਿਸਾਬ ਕਿਤਾਬ ਵੀ ਲਾ ਰਹੇ ਨੇ ਅਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ। ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸਦੇ ਮੁਤਾਬਕ ਅਸੀਂ FIR ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ। ਕੁਛ 7-8 ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ, ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ। ਬਿਲਕੁਲ ਜੀ, ਮੌਕੇ ਤੋਂ CCTV ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਚੀਜ਼ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ। ਹਜੇ ਤੱਕ 2 ਨੌਜਵਾਨ ਸਾਹਮਣੇ ਆਏ ਨੇ ਜੀ। ਇੱਥੇ ਭੰਡਾਰੀ ਪੁੱਲ ਦੇ ਨਾਲ ਹੀ ਸ਼ਿਮਲਾ ਪ੍ਰੈੱਸ ਆ, ਉੱਥੇ ਰੋਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ ਪਾੜ ਲਾ ਕੇ ਕੁਛ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਛ ਵੈਪਨ ਅਤੇ ਕੁਛ ਕੈਸ਼ ਚੋਰੀ ਕਰਕੇ ਲੈ ਗਏ ਨੇ। ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ, ਉਹ ਵੈਪਨ ਦਾ ਆਪਣਾ ਹਿਸਾਬ ਕਿਤਾਬ ਵੀ ਲਾ ਰਹੇ ਨੇ ਅਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ। ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸਦੇ ਮੁਤਾਬਕ ਅਸੀਂ FIR ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ। ਕੁਛ 7-8 ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ, ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇੱਥੇ ਚੋਰੀ। ਬਿਲਕੁਲ ਜੀ, ਮੌਕੇ ਤੋਂ CCTV ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਚੀਜ਼ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ। ਹਜੇ ਤੱਕ 2 ਨੌਜਵਾਨ ਸਾਹਮਣੇ ਆਏ ਨੇ ਜੀ। ਇੱਥੇ ਭੰਡਾਰੀ ਪੁੱਲ ਦੇ ਨਾਲ ਹੀ ਸ਼ਿਮਲਾ ਪ੍ਰੈੱਸ ਆ, ਉੱਥੇ ਰੋਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ ਪਾੜ ਲਾ ਕੇ ਕੁਛ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਛ ਵੈਪਨ ਅਤੇ ਕੁਛ ਕੈਸ਼ ਚੋਰੀ ਕਰਕੇ ਲੈ ਗਏ ਨੇ। ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ, ਉਹ ਵੈਪਨ ਦਾ ਆਪਣਾ ਹਿਸਾਬ ਕਿਤਾਬ ਵੀ ਲਾ ਰਹੇ ਨੇ ਅਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ। ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸਦੇ ਮੁਤਾਬਕ ਅਸੀਂ FIR ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ। ਕੁਛ 7-8 ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ, ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇੱਥੇ ਚੋਰੀ। ਬਿਲਕੁਲ ਜੀ, ਮੌਕੇ ਤੋਂ CCTV ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਚੀਜ਼ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ। ਹਜੇ ਤੱਕ 2 ਨੌਜਵਾਨ ਸਾਹਮਣੇ ਆਏ ਨੇ ਜੀ। ਇੱਥੇ ਭੰਡਾਰੀ ਪੁੱਲ ਦੇ ਨਾਲ ਹੀ ਸ਼ਿਮਲਾ ਪ੍ਰੈੱਸ ਆ, ਉੱਥੇ ਰੋਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ ਪਾੜ ਲਾ ਕੇ ਕੁਛ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਛ ਵੈਪਨ ਅਤੇ ਕੁਛ ਕੈਸ਼ ਚੋਰੀ ਕਰਕੇ ਲੈ ਗਏ ਨੇ। ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ, ਉਹ ਵੈਪਨ ਦਾ ਆਪਣਾ ਹਿਸਾਬ ਕਿਤਾਬ ਵੀ ਲਾ ਰਹੇ ਨੇ ਅਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ। ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸਦੇ ਮੁਤਾਬਕ ਅਸੀਂ FIR ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ। ਕੁਛ 7-8 ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ, ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇੱਥੇ ਚੋਰੀ। ਬਿਲਕੁਲ ਜੀ, ਮੌਕੇ ਤੋਂ CCTV ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਚੀਜ਼ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ। ਹਜੇ ਤੱਕ 2 ਨੌਜਵਾਨ ਸਾਹਮਣੇ ਆਏ ਨੇ ਜੀ।